ਸਤਿ ਸ਼੍ਰੀ ਅਕਾਲ ਜੀ ਟੋਮੇਲ ਫਿਗਰ ਦੀ ਵਾਚ 9A TH1710494 19500 ਦੀ ਜੈਂਟਸ ਵਾਚ ਜੋ ਕਿ ਟਾਈਟਨ ਦੁਆਰਾ ਇੰਡੀਆ ਚ ਸੇਲ ਆਊਟ ਕੀਤੀ ਜਾਂਦੀ ਹੈ ਤੇ ਸਰਵਿਸ ਦਿੱਤੀ ਜਾਂਦੀ ਹੈ ਇਹ ਹੈ ਟੋਮੇਲ ਫਿਗਰ ਦੀ ਸਭ ਤੋਂ ਖੂਬਸੂਰਤ ਵਾਚ ਬਲੈਕ ਕਲਰ ਦੇ ਵਿੱਚ ਇਹ ਵਾਚ ਡਿਜ਼ਾਈਨ ਕੀਤੀ ਗਈ ਹੈ ਇੰਟਰਨਲ ਲੁੱਕ ਅਪ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਮਲਟੀ ਫੰਕਸ਼ਨ ਵਾਚ ਹੈ ਤੇ ਤੁਹਾਨੂੰ ਡਾਇਲ ਦੇ ਉੱਤੇ ਜਿਹੜਾ ਘਟਾ ਹੈ ਕਾਫੀ ਦੇਖਣ ਨੂੰ ਮਿਲਾਂਗੇ ਇੱਕ ਲੁੱਕ ਬਣਾਈ ਗਈ ਹੈ ਤਾਂ ਕਿ ਇੰਟਰਨਲ ਮਕੈਨਿਜ਼ਮ ਦੀ ਲੁੱਕ ਥੋੜੀ-ਬੋਤੀ ਵਿਜ਼ੀਬਲ ਹੋ ਸਕੇ ਤੇ ਡਿਜ਼ਾਈਨਰ ਲੁੱਕ ਦਿੱਤੀ ਗਈ ਹੈ ਇਹਨਾਂ ਨੂੰ ਤੇ ਤੁਹਾਨੂੰ ਇੰਟਰਨਲ ਡਾਇਲ ਵੇਖਣ ਨੂੰ ਮਿਲਾਂਗੇ ਜਿਹੜਾ ਆਹ ਵਾਲਾ ਹੈ ਇਹ 24 ਆਰ ਹੈ ਜੋ ਥੱਲੇ ਦਿੱਤਾ ਗਿਆ ਹੈ ਇਹ ਡੇਟ ਹੈ ਤੇ ਜਿਹੜਾ ਉੱਪਰ ਦਿੱਤਾ ਗਿਆ ਹੈ ਇਹ ਡੇ ਫੀਚਰ ਹੈ ਇਹਦੀ ਲੁੱਕ ਕੁਸ਼ੇਤਰਨ ਦਿਖਾਈ ਗਈ ਹੈ ਕਿ ਤੁਹਾਨੂੰ ਪ੍ਰੋਪਰਲੀ ਬਾਹਰ ਦੇ ਵਿੱਚ ਡਾਇਲ ਵਿਜ਼ੀਬਲ ਨਹੀਂ ਹੋਏਗਾ ਲੇਕਿਨ ਜਦੋਂ ਅਸੀਂ ਇਹਨਾਂ ਸਾਈਡ ਸਵਿਚਰ ਨੂੰ ਵਰਕਆਊਟ ਕਰਾਂਗੇ ਤੇ ਉਦੋਂ ਤੁਹਾਨੂੰ ਇਹਦੀ ਡੇਟ ਪ੍ਰੋਪਰਲੀ ਡੇ ਪ੍ਰੋਪਰਲੀ ਵਿਜ਼IBLE ਰਹੇਗਾ ਜਿੱਦਾਂ ਕਿ ਇਹਨਾਂ ਨੇ ਐਰੋ ਦਿੱਤਾ ਗਿਆ ਜਿਸ ਐਰੋ ਦੇ ਉੱਤੇ ਇਹ ਪੁਆਇੰਟ ਹੋਏਗਾ ਉਹੀ ਤੁਹਾਡੀ ਡੇਟ ਉਹੀ ਤੁਹਾਡੀ ਡੇਟ ਹੋਏਗੀ ਆਪ ਬਟਨ ਨੂੰ ਪ੍ਰੈਸ ਕਰਾਂਗੇ ਤੇ ਤੁਹਾਨੂੰ ਡੇ ਦਿਖਾ ਰਿਹਾ ਡਾਊਨ ਬਟਨ ਨੂੰ ਪ੍ਰੈਸ ਕਰਾਂਗੇ ਤੇ ਡੇਟ ਮੂਵਮੈਂਟ ਦਿਖਾ ਰਹੀ ਹੈ ਤੇ ਜਿਹੜਾ ਟਾਈਮ ਹੈ ਟਾਈਮ ਦੇ ਮੂਵਮੈਂਟ ਨਾਲ ਤੁਹਾਨੂੰ 24 ਆਰ ਦੇ ਨੀਡਲ ਵੀ ਮੂਵ ਹੁੰਦੀ ਦਿਖਾਈ ਦੇਗੀ ਆ ਦੇਖੋ ਪਹਿਲੇ ਵੀ ਆ ਰਿਹਾ ਸੀ ਉਥੇ ਉਹਨ ਭਾਈ ਹੋ ਗਿਆ ਤੇ ਦਾ ਦਾ ਮੂਮੈਂਟ ਅਦੀ ਵਿਦਭਰ ਰਹੀਗੀ 5 ਐਟਮ ਵਾਟਰ ਸਿਸਟਮ ਮੈਂਸ਼ਨ ਕੀਤਾ ਯਾਨੀ 50 ਮੀਟਰ ਹੈ ਤੇ ਟੋਮੀ ਹਿਲ ਫਿਗਰ ਦਾ ਲੋਗੋ ਤੇ ਹਿਲ ਫਿਗਰ ਲਿਖਿਆ ਦੇਖਣ ਨੂੰ ਮਿਲਦਾ ਹੈ ਇਸ ਤੋਂ ਇਲਾਵਾ ਇੰਟਰਨਲ ਡਾਇਲ ਦੇ ਉੱਤੇ ਤੁਹਾਨੂੰ ਇੱਕ ਰਿੰਗ ਦੇਖਣ ਨੂੰ ਮਿਲਦਾ ਹੈ ਜੋ ਰਿੰਗ ਦੇ ਉੱਤੇ ਨੰਬਰਿੰਗ ਦਿੱਤੀ ਗਈ ਹੈ ਸਕਿੰਟ ਦਿੱਤੀ ਗਈ ਉਸ ਤੋਂ ਇਲਾਵਾ ਪੁਆਇੰਟ ਇੰਡੈਕਸ ਜਿਹੜਾ ਬਲੈਕ ਕਲਰ ਚ ਨੀਡਲ ਸਿਲਵਰ ਕਲਰ ਚ ਦਿੱਤੀ ਗਈ ਹੈ ਥੋੜੀ ਗ੍ਰੇ ਸਟੋਨ ਹੈ ਇਹਦੀ ਅਪਰ ਵੀ ਜਿਹੜਾ ਰਿੰਗ ਹੈ ਉਹਦੇ ਉੱਤੇ ਵੀ ਤੁਹਾਨੂੰ ਮਿੰਟਸ ਡਿਫਾਈਨ ਕੀਤੇ ਗਏ ਨਾਲੇ ਨਾਲ ਜਿਹੜਾ ਕਰਾਉਨ ਹੈ ਕਰਾਉਨ ਨੂੰ ਇੱਕ ਅਲੱਗ ਲੁੱਕ ਦੇਣ ਲਈ ਥੋੜਾ ਡਾਇਲ ਨੂੰ ਅੱਗੇ ਨੂੰ ਵਧਾਵਾ ਦਿੱਤਾ ਗਿਆ ਕਰਾਉਨ ਦੇ ਉੱਤੇ ਤੁਹਾਨੂੰ ਟੋਮਿਲ ਫਿਗਰ ਦਾ ਲੋਗੋ ਵੀ ਦੇਖਣ ਨੂੰ ਮਿਲ ਜਾਂਦਾ ਆਪਾਂ ਰਿੰਗ ਦਾ ਕਲਰ ਜਿਹੜਾ ਹੈ ਗਲੋਸੀ ਹੈ ਸਾਈਡ ਜਿਹੜਾ ਹੈ ਮੈਟ ਵਿੱਚ ਇੱਧਰ ਵੀ ਦੇਖ ਲਿਓ ਮੈਟ ਆਏਗਾ ਸਿਰਫ ਆ ਜਿਹੜੇ ਪੁਆਇੰਟਸ ਹੈ ਇਹ ਤੁਹਾਨੂੰ ਗਲੋਸੀ 'ਚ ਦੇਖਣ ਨੂੰ ਮਿਲਦੇ ਉੱਸੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਦਾ ਚੇਨ ਸੈਂਟਰ 'ਚ ਤੁਹਾਨੂੰ ਗਲੋਸ ਮੈਟ ਵੇਖਣ ਨੂੰ ਮਿਲਦਾ ਹੈ ਸਾਈਡ ਸਾਰਾ ਗਲੋਸੀ ਚ ਲਾਰੇ ਜਿਹੜੀ ਰਿੰਗਿੰਗ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਗਲੋਸੀ ਫਿਨਿਸ਼ 'ਚ ਵੇਖਣ ਨੂੰ ਮਿਲ ਜਾਂਦੀ ਹੈ ਦੋਨੋਂ ਸਾਈਡ ਤੋਂ ਪੁਸ਼ ਲੋਗ ਦਿੱਤਾ ਗਿਆ ਹੈ ਬੈਕ ਸਾਈਡ ਤੇ ਵੇਖਿਓ ਟੋਮੀ ਹਲਫਿਗਰ ਲਿਖਿਆ ਦੇਖਣ ਨੂੰ ਮਿਲਦਾ ਲੋਗੋ ਹੈ ਉਹਦਾ ਆਰਟੀਕਲ ਨੰਬਰ ਤੇ ਇੱਕ ਯੂਨਿਕ ਕੋਡ ਦੇਖਣ ਨੂੰ ਮਿਲਦਾ ਪਲੱਸ ਹੈਂਡਮੇਡ ਸਟੇਨਲੈਸ ਸਟੀਲ ਵਾਚ ਹੈ ਯਾਨੀ ਇਹਨੂੰ ਵੇਅਰ ਅਪ ਕਰਕੇ ਤੁਹਾਨੂੰ ਕਿਸੇ ਤਰ੍ਹਾਂ ਦਾ ਸਕ੍ਰੈਚਿਸ ਜਾਂ ਰੈਸ਼ ਹੋਣ ਦੇ ਚਾਂਸਸ ਨਹੀਂ ਆ ਲੈਸੇ ਵੀ ਜੇ ਇਹਨੇ ਪੈਸੇ ਖਰਚ ਕਰਨੇ ਨੇ ਤੇ ਸਟੇਨਲੈਸ ਸਟੀਲ ਨਾ ਹੋਏ ਤੇ ਫਿਰ ਫਾਇ ਪਰ ਵਜਨਦਾਰ ਵਾਚ ਹੈ ਜੇ ਤੁਹਾਡੇ ਹੱਥ ਪਰ ਹੈ ਤਾਂ ਟਰਾਈ ਜ਼ਰੂਰ ਕਰਨਾ ਰੇਂਜ ਤੁਹਾਨੂੰ ਮੈਂ ਦੱਸਤੀ ਬਾਕੀ ਜੋ ਟਾਈਟਨ ਦੀ ਵੈਬਸਾਈਟ ਤੇ ਇਹਦੇ ਤੇ ਲੈਸ ਚਲਦੀ ਹੈ ਸੇਮ ਤੁਹਾਨੂੰ ਆਫਲਾਈਨ ਲੈਸ ਮਿਲੇਗੀ 2 ਸਾਲ ਦੀ ਦੀ ਮਕੈਨਿਕਾ ਵਾਰੰਟੀ ਹੁੰਦੀ 1 ਸਾਲ ਦੀ ਬੈਟਰੀ ਦੀ ਕਿਸੇ ਵੀ ਟਾਈਟਨ ਦੇ ਸਟੋਰ ਤੋਂ ਤੁਸੀਂ ਇਹਨਾਂ ਪਰਚੇਸ ਕਰ ਸਕਦੇ ਹੋ